ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਭੁਲਾਏ ਮੇਰੇ ਪ੍ਰਭੂ ਪਰਮੇਸ਼ਰ ਨੇ ਐਸਾ ਮਾਇਆ ਦਾ ਮੋਹ ਰਚਨਾ ਕੀਤਾ ਹੈ ਅਤੇ ਉਸਨੇ ਆਪ ਹੀ ਜੀਵਾਂ ਨੂੰ ਭੁਲੇਖੇ ਵਿੱਚ ਭੁਲਾ ਦੇਣਾ ਕੀਤਾ ਇਸ ਜੀਵ ਨੇ ਪਰਮੇਸ਼ਰ ਦੁਆਰਾ ਰਚੇ ਹੋਏ ਮਾਇਆ ਦੇ ਮੂਹ ਉਪਲੇਖੇ ਦੇ ਕਾਰਨ ਆਪਣੇ ਨਿਜ ਸਰੂਪ ਨੂੰ ਭੁਲਾ ਦਿੱਤਾ ਹੈ ਮਨਮੁਖ ਕਰਮ ਕਰਹਿ ਨਹੀਂ ਬੂਝੈ ਬਿਰਥਾ ਜਨਮ ਗਵਾਏ ਦੱਸ ਰਹੇ ਹਨ ਧੰਨ ਗੁਰੂ ਅਮਰਦਾਸ ਮਹਾਰਾਜੀ ਪਾਵਨ ਅੰਗ 67 ਤੇ ਕਿਰਪਾ ਕਰੇ ਹਨ ਜੋ ਇਹ ਸੱਚੇ ਪਾਤਸ਼ਾਹ ਜੀ ਦੀ ਅਸ਼ਟਪਦੀ ਦਾ ਸਰਲੇਖ ਚੱਲ ਰਿਹਾ ਪੰਜਵੀਂ ਅਸ਼ਟਪਦੀ ਚੱਲ ਰਹੀ ਆ ਮਨਮੁਖ ਕਰਮ ਕਰਹਿ ਨਹੀਂ ਬੂਝੈ ਮਨਮੁਖ ਲੋਕ ਕਰਮਾਂ ਨੂੰ ਕਰਦੇ ਹਨ ਤੇ ਪਰਮੇਸ਼ਰ ਦੀ ਰਜਾ ਨੂੰ ਸਮਝਦੇ ਨਹੀਂ ਅਤੇ ਆਪਣਾ ਜਨਮ ਐਵੇਂ ਹੀ ਬਿਰਥਾ ਗਵਾ ਰਹੇ ਆ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਈ ਗੁਰੂ ਜੀ ਦੀ ਬਾਣੀ ਜਗਤ ਵਿੱਚ ਸੰਸਾਰ ਵਿੱਚ ਚਾਨਣ ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਹੈ ਕਰਮ ਵਸੈ ਮਨ ਆਈ ਜੇਕਰ ਕਰਮ ਕਿਰਪਾ ਹੋਵੇ ਬਖਸ਼ਿਸ਼ ਹੋਵੇ ਗੁਰੂ ਮਹਾਰਾਜ ਜੀ ਦੀ ਤਾਂ ਇਹ ਗੁਰਬਾਣੀ ਧੁਰ ਕੀ ਬਾਣੀ ਮਨ ਵਿੱਚ ਵਸ ਕੇ ਆਉਂਦੀ ਹੈ ਮਨ ਰੇ ਨਾਮ ਜਪੋ ਸੁਖ ਹੋਏ हे ਮੇਰੇ ਮਨਾਂ ਤੂੰ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਜਿਸ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਗੁਰਪੂਰਾ ਸਾ ਲਾਹੀਐ ਸਹਿਜ ਮਿਲੈ ਪ੍ਰਭ ਸੋਇ ਰਹਾਉ ਪੂਰਨ ਸਤਗੁਰੂ ਸਾਹਿਬ ਜੀ ਨੂੰ ਸਲਾਹਣਾ ਕਰੀਏ ਪੂਰਨ ਸਤਗੁਰੂ ਅਕਾਲ ਪੁਰਖ ਰੂ ਬਾਣੀ ਦੀ ਸਿਫਤ ਕਰੀਏ ਤਾਂ ਉਹ ਪ੍ਰਭੂ ਪਰਮੇਸ਼ਰ ਸੁਭਾਵਕ ਹੀ ਮਿਲ ਪੈਂਦਾ ਸ਼ਾਂਤੀਪੂਰਵਕ ਉਸ ਪ੍ਰਭੂ ਦੇ ਸਰੂਪ ਵਿੱਚ ਮਿਲ ਜਾਈਦਾ ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਪਰਮ ਗਿਆ ਭਉ ਭਾਗਿਆ ਹਰ ਚਰਣੀ ਚਿਤ ਲਾਈ ਦੱਸ ਰਿਹਾ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾ ਕਮਲਾਂ ਵਿੱਚ ਹਿਰਦੇ ਨੂੰ ਲਾਉਣਾ ਕੀਤਾ ਚਿਤ ਨੂੰ ਜੋੜਨਾ ਕੀਤਾ ਉਹਨਾਂ ਦੇ ਅੰਤਹਿਕਰਣ ਵਿੱਚੋਂ ਪੰਜ ਪ੍ਰਕਾਰ ਦਾ ਭਰਮ ਚਲਾ ਗਿਆ ਸੱਤ ਪ੍ਰਕਾਰ ਦਾ ਭੌਕੀ ਇਹ ਡਰ ਚਲਾ ਗਿਆ ਭਾਵਨ ਵਿਰਤ ਹੋ ਗਿਆ ਗੁਰਮੁਖਬ ਸਬਦ ਕਮਾਈਐ ਹਰ ਵਸੈ ਮਨ ਆਈ ਗੁਰਮੁਖ ਜਨਾਂ ਨੇ ਗੁਰੂ ਦੇ ਉਪਦੇਸ਼ ਦੀ ਕਮਾਈ ਭਾਵ ਟਹਿਲ ਕਮਾਈ ਕੀਤੀ ਆ ਜਿਸ ਨਾਲ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਆ ਕੇ ਵਸ ਜਾਂਦਾ ਘਰ ਮਹਿਲ ਸੱਚ ਸਮਾਈ ਐ ਘਰ ਮਹਿਲ ਸੱਚ ਸਮਾਈ ਐ ਜਿਮ ਕਾਲ ਨਾ ਸਕੈ ਖਾਇ ਸਾਧ ਸੰਗਤ ਰੂਪੀ ਘਰ ਵਿੱਚ ਮਿਲ ਕੇ ਤੁਰਿਆ ਪਾਦਰੂਪੀ ਮਹਿਲ ਦੁਆਰਾ ਪਰਮੇਸ਼ਰ ਵਿੱਚ ਸਮਾਈ ਜਾ ਅਭੇਦ ਹੋ ਜਾਈਦਾ ਫਿਰ ਜਿਮ ਕਾਲ ਨਾ ਸਕਿਆ ਖਾਈ ਫਿਰ ਜਮਦੀ ਕੀ ਜੁਰਤ ਆ ਕਿ ਉਹ ਖਾਲਵੇ ਭਾਵ ਉਹ ਆ ਜਵੇ ਕੋਲ ਫਿਰ ਜਮ ਨਹੀਂ ਕੋਲ ਆਉਂਦਾ ਨਾਮਾ ਚੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਦੁਨੀਆਂ ਦੇ ਲੋਕ ਭਗਤ ਨਾਮਦੇਵ ਜੀ ਨੂੰ ਸ਼ੀਂਬਾ ਤੇ ਭਗਤ ਕਬੀਰ ਜੀ ਨੂੰ ਜੁਲਾਹਾ ਭਾਵ ਨੀਵੀਂ ਜਾਤੀ ਵਾਲਾ ਸੰਬੋਧਨ ਕਰਦੇ ਸਨ ਉਹਨਾਂ ਭਗਤਾਂ ਨੇ ਵੀ ਪੂਰੇ ਗੁਰੂ ਜੀ ਦੀ ਕਿਰਪਾ ਤੋਂ ਹੀ ਗਤ ਕਈਏ ਮੁਕਤੀ ਦੀ ਪ੍ਰਾਪਤੀ ਕੀਤੀ ਆ ਬ੍ਰਹਮ ਕੇ 베ਤੇ ਸ਼ਬਦ ਪਛਾਣੈ ਹੋਮੇ ਜਾਤ ਗਵਾਈ ਫਿਰ ਇਹ ਬ੍ਰਹਮ ਸਰੂਪ ਦੇ 베ਤੇ ਜਾਣੂ ਹੋਗੇ ਅਤੇ ਇਹਨਾਂ ਨੇ ਬ੍ਰਹਮ ਨੂੰ ਪਛਾਣ ਲਿਆ ਸ਼ਬਦ ਕਈਏ ਗੁਰ ਉਪਦੇਸ਼ ਨੂੰ ਪਛਾਣ ਕਰਕੇ ਬ੍ਰਹਮ ਦੇ ਜਾਣੂ ਹੋ ਗਏ ਤੇ ਅੰਦਰੋਂ ਜਾਤ ਪਾਤ ਦੀ ਹੰਕਤਾ ਮਮਤਾ ਗਵਾ ਦਿੱਤੀ ਭਾਵ ਨਾ ਜਲਾਹਾ ਪੁਣਾ ਰਹਾ ਨਾ ਛੀਬਾ ਪੁਣਾ ਰਹਾ ਸੋਰ ਨਾਰ ਤਿਨ ਕੀ ਬਾਣੀ ਗਾਵੈ ਕੋਈ ਨ ਮੇਟੈ ਭਾਈ ਇਹ ਭਾਈ ਉਹਨਾਂ ਭਗਤਾਂ ਦੀ ਫਿਰ ਬਾਣੀ ਨੂੰ ਸੋਰ ਦੇਵਤੇ ਨਰ ਮਨੁਖ ਗਾਵੈ ਕਈਏ ਗਉਂਦੇ ਹਨ ਉਹਨਾਂ ਦੀ ਬਾਣੀ ਜਸ ਨੂੰ ਕੋਈ ਵੀ ਮੇਟ ਨਹੀਂ ਸਕਦਾ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਪਾਉ ਨ ਜਾਣੈ ਹੋਰ ਦੇਖੋ ਦੈਤ ਹਰਨਾਕਿਛ ਦੇ ਪੁੱਤਰ ਪ੍ਰਹਿਲਾਦ ਭਗਤ ਨੇ ਕਿਸੇ ਪ੍ਰਕਾਰ ਦਾ ਦਇਨਤਾ ਵਾਲਾ ਕਰਮ ਕੋਈ ਵੀ ਹਿੰਸਾ ਆਦਿ ਕਰਮ ਕਰਨ ਵਾਲਾ ਧਰਮ ਸੰਜਮ ਇੰਦਰੀਆਂ ਦਾ ਦਮਨ ਕਰਕੇ ਜਾਗਤਿ ਹਮਨਾਦ ਹੋਰ ਕਿਸੇ ਪ੍ਰਕਾਰ ਦੀ ਨੀਤੀ ਦੀ ਪੜਾਈ ਪੜ੍ਹਨਾ ਨਹੀਂ ਕੀਤੀ ਬਲਕਿ ਉਸ ਦੇ ਹਿਰਦੇ ਅੰਦਰ ਐਸੀ ਮਤ ਦਾ ਪ੍ਰਕਾਸ਼ ਹੋ ਗਿਆ ਕਿ ਉਹ ਦ્વੈਤ ਭਾਵ ਨੂੰ ਜਾਣਦਾ ਹੀ ਨਹੀਂ ਸੀ ਸਤਗੁਰੂ ਭੇਟਿਆ ਨਿਰਮਲ ਹੋਆ ਅਨੰਦਿਨ ਨਾਮ ਵਖਾਣੈ ਜਿਸ ਵਕਤ ਇੰਦਰ ਮਲਤਾਨ ਲੁੱਟ ਕੇ ਭਗਤ ਪ੍ਰਹਿਲਾਦ ਦੀ ਮਾਤਾ ਨੂੰ ਜ਼ਬਰਦਸਤੀ ਬਲ ਦੁਆਰਾ ਆਪਣੇ ਤਾਣ ਨਾਲ ਲੈ ਕੇ ਜਾ ਰਿਹਾ ਸੀ ਤਾਂ ਉਸੇ ਵੇਲੇ ਰਸਤੇ ਵਿੱਚ ਨਾਰਦ मुनि ਮਿਲੇ ਗਰਭਵਤੀ ਕਿਆਦੂ ਪ੍ਰਹਿਲਾਦ ਦੀ ਮਾਤਾ ਨੂੰ ਇੰਦਰ ਕੋਲੋਂ ਛਡਵਾ ਕੇ ਆਪਣੇ ਆਸ਼ਰਮ ਵਿੱਚ ਰਖਿਆ ਪਰਮੇਸ਼ਰ ਦੇ ਨਾਮ ਦੀ ਕਥਾ ਸੁਣਾ ਕੇ ਗਰਭ ਦੇ ਬਾਲਕ ਨੂੰ ਭਗਤੀ ਦੇ ਸੰਸਕਾਰ ਦਿੱਤੇ ਜਿਸ ਕਰਕੇ ਪ੍ਰਹਿਲਾਦ ਜੰਮਦਾ ਹੀ ਵਾਹਿਗੁਰੂ ਜੀ ਦਾ ਭਗਤ ਹੋਇਆ ਜਦੋਂ ਸਤਿਗੁਰੂ ਦੇ ਰੂਪ ਵਿੱਚ ਰਿਸ਼ੀ ਨਾਰਦਾ ਕੀ ਮਿਲਿਆ ਤਾਂ ਪ੍ਰਹਿਲਾਦ ਦਾ ਮਨ ਮੈਲ ਤੋਂ ਰਹਿਤ ਹੋ ਗਿਆ ਜੋ ਅਨ ਦਿਨ ਦਿਨ ਰਾਤ ਪਰਮੇਸ਼ਰ ਦਾ ਨਾਮ ਵਖਾਣੇ ਵਕਿਆਨ ਕਰਦਾ ਰਹਿੰਦਾ ਸੀ ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰ ਨ ਜਾਣੈ ਇੱਕ ਵਾਹਿਗੁਰੂ ਦੇ ਨਾਮ ਦੀ ਹੀ ਪੜੈ ਪੜਾਈ ਪੜਦਾ ਸੀ ਏਕੋ ਏਕੋ ਨਾਮ ਨੂੰ ਹੀ ਹਿਰਦੇ ਵਿੱਚ ਬੂਝੈ ਗਈਏ ਸਮਝਦਾ ਸੀ ਦੂਜਾ ਹੋਰ ਅਵਰ ਸਥਾਨ ਵਿੱਚ ਪ੍ਰਹਲਾਦ ਭਗਤ ਕੁਝ ਵੀ ਜਾਣਦਾ ਨਹੀਂ ਸੀ ਕਿਉਂਕਿ ਪਰਮੇਸ਼ਰ ਨੇ ਇਸ ਦੀ ਰਖਿਆ ਕੀਤੀ ਅੱਜ ਵੀ ਮਲਤਾਨ ਵਿੱਚ ਜਾਓ ਤਾਂ ਯਾਦਗਾਰ ਹੈ ਜਿਸ ਥੰਮ ਨੂੰ ਪਾੜ ਕੇ ਭਗਵਾਨ ਜੀ ਪ੍ਰਗਟ ਹੋਏ ਸਨ ਉਹ ਥੰਮ ਵੀ ਹੈ ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਜੋਗੀ ਸੰਿਆਸ ਆਦ ਖੱਟ ਦਰਸ਼ਨ ਛੇ ਪੇਖਾਂ ਵਾਲੇ ਸਤਿਗੁਰਾਂ ਦੀ ਸ਼ਰਨ ਵਿੱਚ ਪਏ ਤੋਂ ਬਗੈਰ ਪੁਲੇਕਿਆਂ ਵਿੱਚ ਹੀ ਭੁੱਲਣ ਵਿੱਚ ਆ ਰਹੇ ਆ ਸਤਿਗੁਰ ਸੇਵਹਿ ਤਾ ਗਤ ਮਿਤ ਪਾਵੇ ਹਰ ਜੀਵ ਮਨ ਵਸਾਏ ਸਤਿਗੁਰੂ ਜੀ ਜੇ ਸੇਵਾ ਕਰਨ ਸਤਿਗੁਰੂ ਜੀ ਦੀ ਜੇ ਸੇਵਾ ਕਰਨ ਤਾਂ ਮੁਕਤੀ ਦੀ ਗਤ ਮਿਤ ਮਰਿਆਦਾ ਨੂੰ ਮੁਕਤੀ ਤੇ ਮਿਤ ਮਹਿਤੁਨ ਦੀ ਮਰਿਆਦਾ ਨੂੰ ਪਾ ਸਕਦੇ ਆ ਪ੍ਰਾਪਤ ਕਰ ਸਕਦੇ ਆ ਤੇ ਸਤਿਗੁਰਾਂ ਦੁਆਰਾ ਸਰਵਣ ਕਰਕੇ ਮੰਨਣ ਕਰਕੇ ਨਿਧਿਆਸਨ ਕਰਕੇ ਕਮਾਈ ਕਰਨ ਤਾਂ ਵਾਹਿਗੁਰੂ ਮਨ ਵਿੱਚ ਵਸ ਆਉਂਦਾ ਸੱਚੀ ਬਾਣੀ ਸਿਉ ਚਿਤ ਲਾਗੇ ਆਉਣ ਜਾਣ ਰਹਾਏ ਦੱਸਦੇ ਜਿਨ੍ਹਾਂ ਦਾ ਸੱਚੀ ਬਾਣੀ ਨਾਲ ਚਿਤ ਹਿਰਦਾ ਲੱਗ ਜਾਵੇ ਤਾਂ ਉਹ ਆਉਣ ਜਾਣ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਆ ਪੰਡਤ ਪੜ ਪੜਵਾਦ ਵਖਾਣੇ ਬਿਨ ਗੁਰ ਭਰਮ ਭੁਲਾਈ ਵਿਦਵਾਨ ਲੋਕ ਵੇਦਾਂ ਸ਼ਾਸਤਰਾਂ ਪ੍ਰਾਣਾ ਸੁਰਤੀਆਂ ਸਿਮਰਤੀਆਂ ਆਦ ਨੂੰ ਪੜ ਪੜ ਕੇ ਝਗੜੇ ਹੀ ਵਖਾਣੇ ਕਥਨ ਕਰਦੇ ਆ ਗੁਰੂ ਤੋਂ ਬਿਨਾ ਧਰਮ ਪੁਲੇਖੇ ਵਿੱਚ ਹੀ ਭੁੱਲਦੇ ਫਿਰਦੇ ਆ ਲੱਖ 84 ਫੇਰ ਪਿਆ ਬਿਨ ਸਬਦੈ ਮੁਕਤ ਨ ਪਾਈ ਉਹਨਾਂ ਨੂੰ ਫੇਰ ਕਹੀਏ ਦੁਬਾਰਾ 84 ਲੱਖ ਜੂਨਾ ਦਾ ਚੱਕਰ ਪੈ ਗਿਆ ਫੇਰ ਉਹ ਬਿਨ ਸਬਦੈ ਬਿਨਾ ਗੁਰੂ ਦੇ ਉਪਦੇਸ਼ ਤੋਂ ਮੁਕਤੀ ਨਹੀਂ پا ਸਕਦੇ ਜਾ ਨਾਉ ਚੇਤੇ ਤਾਗਤ ਪਾਈ ਜਾ ਸਤਗੁਰ ਮੇਲ ਮਿਲਾਏ ਜੇਕਰ ਪਰਮੇਸ਼ਰ ਦੇ ਨਾਮ ਨੂੰ ਚੇਤ ਹੈ ਹੁੰਦਾ ਯਾਦ ਕਰਨਗੇ ਤਾਂ ਗਤ ਮੁਕਤੀ ਪ੍ਰਾਪਤ ਹੋ ਜਾਵੇਗੀ ਜਾਂ ਫਿਰ ਜੇਕਰ ਸਤਗੁਰੂ ਦੇਵ ਜੀ ਦੇ ਜੀਵ ਦੇ ਸ਼ੁੱਭ ਗੁਣਾ ਦਾ ਪ੍ਰੇਰਿਆ ਆ ਪਰਮੇਸ਼ਰ ਨਾਲ ਮੇਲ ਦੇਵੇ ਤਾਂ ਵਾਹਿਗੁਰੂ ਦੇ ਸਰੂਪ ਵਿੱਚ ਮਿਲਿਆ ਜਾ ਸਕਦਾ ਸਤ ਸੰਗਤ ਮਹਿ ਨਾਮ ਹਾਰੀ ਉਪਜੈ ਜਾ ਸਤਗੁਰ ਮਿਲੈ ਸੁਭਾਈ ਸਤ ਸੰਗਤ ਵਿੱਚ ਵਾਹਿਗੁਰੂ ਦਾ ਨਾਮ ਪ੍ਰਗਟ ਹੁੰਦਾ ਹਿਰਦੇ ਵਿੱਚ ਪ੍ਰਗਟ ਹੁੰਦਾ ਜਦੋਂ ਸਤ ਗੁਰੂ ਜੀ ਦਾ ਮਿਲਾਪ ਹੁੰਦਾ ਤਾਂ ਸਿੱਖ ਸੁਭਾਈ ਮਾਨ ਸੁਭਾਈ ਪਾ ਸੁਭਾਈ ਮਾਨ ਭਵ ਸ਼ੋਭਾ ਵਾਲਾ ਹੋ ਜਾਂਦਾ ਮਨ ਤਨ ਅਰਪੀ ਆਪ ਗਵਾਈ ਚੱਲਾ ਸਤ ਗੁਰ ਭਾਈ ਆਪਣੀ ਮਤ ਛੱਡ ਕੇ ਕਹਿੰਦੇ ਮਨ ਤਨ ਸਰੀਰ ਵੀ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਅਰਪਣਾ ਕਰੀਏ ਆਪਾ ਭਾਵ ਹੰਕਾਰ ਗਵਾਈ ਗਵਾਉਣਾ ਕਰੀਏ ਸਤਗੁਰਾਂ ਦੇ ਭਾਏ ਹੁੰਦਾ ਭਾਣੇ ਅਨੁਸਾਰ ਮਨ ਤੇ ਸਰੀਰ ਕਰਕੇ ਚੱਲਣਾ ਕਰੀਏ ਸਦ ਬਲਹਾਰੀ ਗੁਰ ਆਪਣੇ ਵਿਟੋ ਜੇ ਹਰ ਸੇਤੀ ਚਿਤ ਲਾਏ ਅਸੀਂ ਹਮੇਸ਼ਾ ਆਪਣੇ ਸਤਗੁਰਾਂ ਦੇ ਉੱਪਰੋਂ ਬਲਹਾਰੀ ਕੁਰਬਾਨ ਜਾਂਦੇ ਹਾਂ ਜਿਹੜੇ ਹਰੀ ਦੇ ਨਾਲ ਚੇਤ ਨੂੰ ਲਾ ਦਿੰਦੇ ਆ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਉਹੋ ਹੀ ਬ੍ਰਾਹਮਣ ਹੈ ਜੋ ਜਿਹੜਾ ਬ੍ਰह्म ਸਰੂਪ ਨੂੰ ਬਿੰਦੇ ਜਾਣਦਾ ਹੈ ਅਤੇ ਜਿਸ ਦਾ ਵਾਹਿਗੁਰੂ ਦੇ ਰੰਗ ਨਾਲ ਚਿਤ ਰਤਾ ਰੰਗਿਆ ਹੋਇਆ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮਖ ਵਿਰਲੇ ਜਾਤਾ ਪ੍ਰਭ ਅਕਾਲ ਪੁਰਖ ਵਾਹਿਗੁਰੂ ਨੇੜੇ ਹੀ ਭਾਵ ਸਾਰਿਆਂ ਦੇ ਘਟ ਹਿਰਦੇ ਵਿੱਚ ਹੀ ਵਸਦਾ ਵਾ ਪਰ ਕਿਸੇ ਵਿਰਲੇ ਗੁਰਮਖ ਨੇ ਹੀ ਜਾਣਿਆ ਜਿਨ੍ਹਾਂ ਨੇ ਸੱਚੇ ਨਾਮ ਦੀ ਕਮਾਈ ਕੀਤੀ ਆ ਉਹਨਾਂ ਨੇ ਜਾਣਿਆ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸਬਦਿ ਪਛਤ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਕਰਕੇ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਸ਼ੋਭਾ ਮਿਲਦੀ ਆ। ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਹੀ ਵਾਹਿਗੁਰੂ ਨੂੰ ਪਛਾਣਿਆ ਜਾਂਦਾ। ਸ੍ਰੀ ਰਾਗ ਮਹੱਲਾ 3 ਅੱਗੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਸਿੱਖਾਂ ਨੂੰ ਹੁਣ ਪਰਮ ਉਪਦੇਸ਼ ਦੇ ਰਿਹਾ ਸਹਿਜੈ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਗਿਆਨ ਨੂੰ ਤਾਂ ਭਾਈ ਸਾਰੀ ਦੁਨੀਆ ਹੀ ਲੋਚ ਦੀ ਚਾਹੁੰਦੀ ਆ ਪਰ ਸਤਗੁਰਾਂ ਤੋਂ ਬਗੈਰ ਬ੍ਰਹਮ ਗਿਆਨ ਪਾਇਆ ਨਹੀਂ ਜਾਂਦਾ ਬਿਨ ਗੁਰ ਪਾਇਆ ਨਾ ਜਾਏ ਗੁਰੂ ਤੋਂ ਬਿਨਾ ਨਹੀਂ ਪਾਇਆ ਜਾਂਦਾ ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਭਰਮ ਭੁਲਾਏ ਪੜ ਪੜ ਕੇ ਵਿਦਵਾਨ ਵੀ ਥੱਕ ਗਏ ਪੰਡਿਤ ਲੋਕ ਜੋਤਸੀ ਜੋਤਸ਼ਲਾ ਲਾ ਕੇ ਸਮੇ ਦਾ ਗਿਆਨ ਕਿਸ ਸਮੇ ਨੇਰੀ ਆਉਣੀ ਕਦੋਂ ਕੀ ਹੋਣਾ ਕਦੋਂ ਕੀ ਹੋਣਾ ਇਉਂ ਕਹਿ ਕੇ ਕਿ ਥੱਕ ਗਿਆ ਤੇ ਭੇਖੀ ਭਰਮ ਵਿੱਚ ਭੁੱਲੇ ਹੋਏ ਹਨ ਕਿ ਅਸੀਂ ਭੇਖਾਂ ਨਾਲ ਹੀ ਵੱਡੇ ਬਣ ਜਾਵਾਂਗੇ ਇਉਂ ਭਰਮ ਵਿੱਚ ਭੁੱਲਣੇ ਕਰਕੇ ਉਹ ਥੱਕ ਚੁੱਕੇ ਆ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਸਤਿਗੁਰੂ ਜੀ ਜਿਨ੍ਹਾਂ ਨੂੰ ਮਿਲੇ ਹਨ ਉਹਨਾਂ ਨੇ ਗਿਆਨ ਨੂੰ ਪਾਇਆ ਜਿਨ੍ਹਾਂ ਤੇ ਪਰਮੇਸ਼ਰ ਹੁਕਮ ਚਲਾਉਣ ਵਾਲਾ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਉਹ ਹੀ ਵਾਹਿਗੁਰੂ ਦੀ ਰਜ਼ਾਏ ਕਹੀ ਆਗਿਆ ਵਿੱਚ ਚੱਲਦੇ ਆ ਭਾਈ રે ਗੁਰ ਬਿਨ ਸਹਜ ਨ ਹੋਏ ਏ ਮੇਰੇ ਭਾਈ ਸਤਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਸਹਜ ਗਿਆਨ ਪ੍ਰਾਪਤ ਨਹੀਂ ਹੋ ਸਕਦਾ ਸਬਦੈ ਹੀ ਤੇ ਸਹਜ ਊਪਜੈ ਹਰ ਪਾਇਆ ਸੱਚ ਸੋਏ ਰਹਾਉ ਸਤਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਸਹਿਜ ਭਾਵ ਅ ਗਿਆਨ ਉਪਜਦਾ ਪੈਦਾ ਹੁੰਦਾ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੁੰਦਾ ਵਾ ਉਹਨਾਂ ਨੇ ਸੱਚੇ ਹਰੀ ਅਕਾਲਪੁਰਖ ਵਾਹਿਗੁਰੂ ਨੂੰ ਪਾਇਆ ਤੇ ਸੋਏ ਕਿ ਉਹ ਉਲਟ ਕੇ ਪਰਮੇਸ਼ਰ ਦਾ ਰੂਪ ਹੀ ਹੋ ਗਿਆ ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਸਹਿਜੇ ਗਾਵੈ ਥਾਏ ਪਵੈ ਬਿਨ ਸਹਿਜੈ ਕਥਨੀ ਬਾਦ ਜਦੋਂ ਗਿਆਨ ਹੋਵੇ ਤਾਂ ਹੀ ਪਰਮੇਸ਼ਰ ਦਾ ਜਸ ਗਾਇਆ ਹੋਇਆ ਪਰਮੇਸ਼ਰ ਦੀ ਦਰਗਾਹ ਵਿੱਚ ਥਾਏ ਪੈਂਦਾ ਕਬੂਲ ਹੋ ਜਾਂਦਾ ਬਿਨਾ ਸਹਜੇ ਕੀ ਇਹ ਗਿਆਨ ਤੋਂ ਕਥਨੀ ਕਰਨੀ ਇਹ ਵੀ ਇੱਕ ਬਾਦ ਝਗੜਾ ਹੀ ਆ ਜਿਸ ਨੂੰ ਆਪ ਸਰੂਪ ਦਾ ਗਿਆਨ ਨਹੀਂ ਹੋਇਆ ਉਹਨਾਂ ਦਾ ਕਥਨ ਕਰਨਾ ਬਾਦ ਹੀ ਆ ਬਿਰਤੀ ਆ ਸਹਜੇ ਹੀ ਭਗਤ ਉਪਜੈ ਸਹਜ ਪਿਆਰ ਬੈਰਾਗ ਗਿਆਨ ਕਰਕੇ ਹੀ ਪਰਮੇਸ਼ਰ ਦੀ ਭਗਤੀ ਉਪਜਦੀ ਪੈਦਾ ਹੁੰਦੀ ਭਾਵੇਂ ਪਰਮੇਸ਼ਰ ਦੀ ਭਗਤੀ ਜੀਵਨ ਮੁਕਤੀ ਵਾਸਤੇ ਕਰੀਦੀ ਆ ਪਰਮੇਸ਼ਰ ਦਾ ਗਿਆਨ ਕਰਕੇ ਹੀ ਪਿਆਰ ਪੈਦਾ ਹੁੰਦਾ ਇ ਗਿਆਨ ਕਰਕੇ ਹੀ ਪਦਾਰਥਾਂ ਵੱਲੋਂ ਵਿਰਾਗ ਹੁੰਦਾ ਜਿਵੇਂ ਮਨੁੱਖ ਦਾ ਗੁਣ ਜਾਂ ਰੂਪ ਪਹਿਲਾਂ ਜਾਣਿਆ ਜਾਵੇ ਤਾਂ ਉਸ ਵਿੱਚ ਪ੍ਰੀਤੀ ਹੁੰਦੀ ਹੈ ਉਸੇ ਤਰ੍ਹਾਂ ਪਰਮੇਸ਼ਰ ਦੇ ਗੁਣਾ ਦਾ ਪਹਿਲਾਂ ਗਿਆਨ ਹੋਵੇ ਤਾਂ ਉਸ ਦੀ ਭਗਤੀ ਹੁੰਦੀ ਹੈ ਸਹਜੈ ਹੀ ਤੇ ਸੁਖ ਸਾਤ ਹੋਏ ਬਿਨ ਸਹਜੈ ਜੀਵਨ ਬਾਦ ਅਪਰੋਖ ਗਿਆਨ ਕਰਕੇ ਹੀ ਆਤਮਾ ਆਨੰਦ ਸੁਖ ਦੀ ਪ੍ਰਾਪਤੀ ਹੁੰਦੀ ਹੈ ਸਾਰੀਆਂ ਵਿਸ਼ੇ ਵਕਾਰਾਂ ਦੀਆਂ ਵਾਸ਼ਨਾਵਾਂ ਨਾਸ਼ ਹੋ ਜਾਂਦੀਆਂ ਤੇ ਸ਼ਾਂਤੀ ਪ੍ਰਾਪਤ ਹੁੰਦੀ ਆ ਬਿਨਾ ਸਹਜੇ ਕੇ ਇਹ ਗਿਆਨ ਤੋਂ ਜੀਵਨ ਵਿਅਰਥੀ ਆ ਸਹਜ ਸਾਲਾਹੀ ਸਦਾ ਸਦਾ ਸਹਜ ਸਮਾਦ ਲਗਾਈ ਗੁਰਮਖ ਜਨ ਗਿਆਨ ਕਰਕੇ ਹੀ ਨਿਤ ਰੂਪ ਪਰਮੇਸ਼ਰ ਨੂੰ ਹਮੇਸ਼ਾ ਹੀ ਸਲਾਹੁਣਾ ਕਰਦੇ ਹਨ ਤੇ ਗਿਆਨ ਕਰਕੇ ਹੀ ਨਿਰਵਿਕਲਪ ਸਮਾਧੀ ਵਿੱਚ ਆਪਣੇ ਮਨ ਨੂੰ ਲਾਉਣਾ ਕਰਦੇ ਬਿਰਤੀ ਨੂੰ ਟਿਕਾਉਂਦੇ ਆ ਸਹਜੇ ਹੀ ਗੁਣ ਊਚਰੈ ਭਗਤ ਕਰੇ ਲੇਵਲਾਈ ਗਿਆਨ ਕਰਕੇ ਹੀ ਰਸਨਾ ਦੁਆਰਾ ਪਰਮੇਸ਼ਰ ਦੇ ਗੁਣਾਂ ਨੂੰ ਉਚਰੈ ਭਾਵ ਉਚਾਰਨ ਕਰਦੇ ਆ ਅਤੇ ਵਿਦੇਹ ਮੁਕਤੀ ਵਾਸਤੇ ਮਨ ਦੀ ਬਿਰਤੀ ਲਾ ਕੇ ਪਰਮੇਸ਼ਰ ਦੀ ਭਗਤੀ ਕਰਦੇ ਆ ਸਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਈ ਗੁਰੂ ਸਾਹਿਬ ਜੀ ਦੇ ਉਪਦੇਸ਼ ਕਰਕੇ ਹੀ ਪਰਮੇਸ਼ਰ ਮਨ ਵਿੱਚ ਵਸਦਾ ਉਹਨਾਂ ਦੀ ਰਸਨਾ ਵੀ ਹਰੀ ਦੇ ਨਾਮ ਰਸ ਨੂੰ ਖਾਂਦੀ ਭਾਵ ਧਾਰਨ ਕਰਦੀ ਆ ਸਹਿਜੇ ਕਾਲ ਵਿਡਾਰਿਆ ਸੱਚ ਸਰਣਾਈ ਪਾਈ ਸੱਚੇ ਅਕਾਲ ਪੁਰਖ ਦੀ ਸਰਣਾਈ ਸ਼ਰਨ ਵਿੱਚ ਆਪਣੇ ਆਪ ਨੂੰ ਪਾ ਕੇ ਭਾਵ ਸਹਿਜੇ ਹੀ ਗਿਆਨ ਕਰਕੇ ਕਾਲ ਨੂੰ ਵਿਡਾਰਿਆ ਮਿਟਿਆ ਭਾਵ ਕਟਿਆ ਹੈ ਸਹਿਜੇ ਹਰ ਨਾਮ ਮਨ ਵਸਿਆ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਪਰਮੇਸ਼ਰ ਦਾ ਨਾਮ ਗਿਆਨ ਕਰਕੇ ਹੀ ਮਨ ਵਿੱਚ ਵਸਦਾ ਹੈ ਉਹਨਾਂ ਗੁਰਮੁਖਾਂ ਨੇ ਸੱਚੀ ਪਰਮੇਸ਼ਰ ਦੀ icar ਨਾਮ ਜਪਣਾ ਅਤੇ ਜਪਉਣਾ ਰੂਪ ਕਮਾਉਣਾ ਕੀਤੀ ਹੈ ਸੇਵੜ ਭਾਗੀ ਜਿਨੀ ਪਾਇ ਸਹਜੇ ਰਹੇ ਸਮਾਈ ਉਹ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪ੍ਰਭੂ ਅਕਾਲ ਪੁਰਖ ਨੂੰ ਪਾ ਲਿਆ ਹੈ ਉਹ ਹਰ ਵਕਤ ਹੀ ਸੁਤੇ ਸਿੱਧ ਪਰਮੇਸ਼ਰ ਨਾਲ ਸਮਾਏ ਕਈਏ ਸਮਾਏ ਰਹਿੰਦੇ ਆ ਅਭੇਦ ਉ ਭਾਵ ਅਭੇਦ ਹੋਏ ਰਹਿੰਦੇ ਆ ਵਿੱਚ ਮਿਲੇ ਰਹਿੰਦੇ ਆ ਮਾਇਆ ਵਿੱਚ ਸਹਿਜ ਦਾ ਉਪਜੈ ਮਾਇਆ ਦੂਜੈ ਭਾਇ ਜਿਨ੍ਹਾਂ ਚਿਰ ਮਾਇਆ ਵਿੱਚ ਇਹਤ ਲੱਗਿਆ ਉਹਨਾਂ ਚਿਰ ਗਿਆਨ ਨਹੀਂ ਪੈਦਾ ਹੁੰਦਾ ਤੇ ਨਾ ਹੋ ਸਕਦਾ ਮਾਇਆ ਕਰਕੇ ਹੀ ਦ્વੈਤ ਭਾਵ ਵਿੱਚ ਇਹਤ ਲੱਗਾ ਆ ਦੂਜੀਆਂ ਚੀਜ਼ਾਂ ਵਿੱਚ ਹੀ ਪ੍ਰੇਮ ਕਰਦਾ ਹੈ ਮਨਮੁਖ ਕਰਮ ਕਮਾਵਣੇ ਹਉਮੈ ਜਲੇ ਜਲਾਈ ਮਨਮੁਖ ਲੋਕ ਨਿਤ ਨਿਮਿਤ ਪ੍ਰਾਸ਼ਿਤ ਨਿਕੇਦ ਕਰਮਾਂ ਨੂੰ ਕਮਾਉਂਦੇ ਆ ਉਹ ਰੋਮੇ ਅੰਗ ਤਾਂ ਦੀ ਅਗਨੀ ਵਿੱਚ ਸੜਦੇ ਆ ਤੇ ਹੋਰਨਾਂ ਨੂੰ ਵੀ ਤਰਕਾ ਮਾਰਨ ਰੂਪ ਜਲਾਏ ਸਾੜਦੇ ਆ ਜੰਮਣ ਮਰਨ ਨਾ ਚੁੱਕਈ ਫੇਰ ਫੇਰ ਆਵੇ ਜਾਏ ਐਸੇ ਪੁਰਖਾਂ ਦਾ ਜੰਮਣ ਮਰਨ ਸਿਰ ਤੋਂ ਚੁੱਕਿਆ ਨਹੀਂ ਜਾਂਦਾ ਖਤਮ ਹੀ ਨਹੀਂ ਹੁੰਦਾ ਖੂ ਦੀਆਂ ਟਿੰਡਾਂ ਵਾਂਗੂ ਆਉਂਦੇ ਜਾਂਦੇ ਰਹਿੰਦੇ ਆ ਢੇੜੇ ਲਾਉਂਦੇ ਰਹਿੰਦੇ ਆ ਤਰੇਹੋ ਗੁਣਾ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਭਰਮ ਭੁਲਾਏ ਤ੍ਰਿਗੁਣ ਹੁੰਦੇ ਤਿੰਨਾ ਗੁਣਾ ਰਾਜਸੀ ਤਾਮਸੀ ਸਾਤ ਕੀ ਵਿੱਚ ਰਹਿਣ ਕਰਕੇ ਤੁਰਿਆ ਪਾਦਰੂਪੀ ਗਿਆਨ ਨਹੀਂ ਪਾਈਦਾ ਤ੍ਰੈ ਗੁਣ ਭਾਵ ਤਿੰਨ ਗੁਣਾ ਦੀ ਪੂਜਨਾ ਕਰਨ ਵਾਲੇ ਜੀਵ ਭਰਮ ਵਿੱਚ ਹੀ ਭੁੱਲੇ ਭਟਕਦੇ ਫਿਰਦੇ ਆ ਪੜੀਐ ਗੁਣਿਐ ਕਿਆ ਕਥਿਐ ਜਾ ਮੁੰਡਹੁ ਘੁੱਥਾ ਜਾਏ ਉਹਨਾਂ ਚਿਰ ਵੇਦਾਂ ਨੂੰ ਪੜ੍ਹ ਕੇ ਅਰਥਾਂ ਨੂੰ ਗੁਣਿਐ ਵਿਚਾਰ ਕੇ ਹੋਰਨਾਂ ਨੂੰ ਕਥਾ ਕਰਨ ਵਾਲੇ ਹੋ ਕੇ ਕੀ ਕਥਨ ਕਰਨਗੇ ਜਿਹੜੇ ਮੁੰਡੋਂ ਭਾ ਮੁੱਢ ਤੋਂ ਇੱਕ ਜਨਮ ਤੋਂ ਹੀ ਭੁੱਤੇ ਅਕਾਲੀ ਆ ਪਰਮੇਸ਼ਰ ਵੱਲੋਂ ਭੁੱਲੇ ਆ ਚੌਥੇ ਪਦ ਮਹ ਸਹਿਜ ਹੈ ਗੁਰਮੁਖ ਪੱਲੇ ਪਾਏ ਜੋ ਚੌਥੇ ਪਦ ਤੁਰਿਆ ਪਦ ਸਾਖੀ ਰੂਪ ਹੈ ਉਸ ਦੇ ਵਿੱਚ ਪਰਮੇਸ਼ਰ ਦੇ ਸਰੂਪ ਦਾ ਗਿਆਨ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਗੁਰਮੁਖਾਂ ਦੇ ਹਿਰਦੇ ਰੂਪ ਪੱਲੇ ਵਿੱਚ ਪੈਂਦਾ ਹੈ ਪਾਪ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਇਹ ਜਿਹੜਾ ਚੌਥਾ ਪਦ ਹੈ ਨਿਰਗੁਣ ਨਾਮ ਨਿਧਾਨ ਹੈ ਸਹਜੇ ਸੂਜੀ ਹੋਏ ਗੁਣਾ ਤੋਂ ਰਹਿਤ ਜੀਵ ਪਰਮੇਸ਼ਰ ਦਾ ਨਾਮ ਹੀ ਅਸਲੀ ਖਜ਼ਾਨਾ ਹੈ ਨਿਰਗੁਣ ਤਿੰਨਾ ਗੁਣਾ ਤੋਂ ਅਤੀਤ ਨਿਰਾ ਆਕਾਰ ਸਰੂਪ ਪਰਮੇਸ਼ਰ ਦਾ ਨਾਮ ਸਭ ਨਿੱਧੀਆਂ ਤੇ ਸਿੱਧੀਆਂ ਸੁੱਖਾਂ ਦਾ ਖਜ਼ਾਨਾ ਪਰ ਸਹਜੇ ਭਾਵ ਗਿਆਨ ਦੁਆਰਾ ਹੀ ਉਸ ਦੀ ਸਮਝ ਹੁੰਦੀ ਆ ਸੂਜੀ ਪੈਂਦੀ ਆ ਗੁਣਵੰਤੀ ਸਾਲਾਹਿਆ ਸੱਚੇ ਸੱਚੀ ਸੋਏ ਜਿਹੜੇ ਗੁਣਵੰਤੀ ਗੁਣਾ ਦੇ ਸਹਿਤ ਪ੍ਰਹਾਤਮਾ ਜਨ ਹਨ ਉਹਨਾਂ ਨੇ ਹੀ ਪਰਮੇਸ਼ਰ ਦੇ ਨਾਮ ਦੀ ਛਲਾਗਾ ਸਿਫਤ ਕੀਤੀ ਹੈ ਜਿਸ ਨਾਲ ਉਹਨਾਂ ਸੱਚੇ ਸਤਪੁਰਸ਼ਾਂ ਦੀ ਲੋਕ ਪ੍ਰਲੋਗ ਵਿੱਚ ਸੱਚੀ ਸ਼ੋਭਾ ਹੁੰਦੀ ਆ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਜਿਹੜੇ ਜੀਵ ਗਿਆਨ ਕਰਕੇ ਭਰਮ ਵਿੱਚ ਭੁੱਲੇ ਹੋਏ ਆ ਗੁਰੂ ਸਾਹਿਬ ਜੀ ਉਹਨਾਂ ਨੂੰ ਗਿਆਨ ਦੁਆਰਾ ਸ਼ਾਂਤੀ ਦੇ ਕੇ ਆਪਣੇ ਨਿਜ ਰੂਪ ਵਿੱਚ ਪਹਿਲਾਂ ਪਹਿਲਾਂ ਵੀ ਮਿਲਾਏ ਸੀ ਮਿਲਾਉਂਦੇ ਸੀ ਹੁਣ ਵੀ ਮਿਲਾ ਰਹੇ ਹਨ ਅੱਗੇ ਨੂੰ ਵੀ ਮਿਲਾਉਂਦੇ ਰਹਿਣਗੇ ਜਿਸ ਕਰਕੇ ਸਤਿਗੁਰੂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਸਰੂਪ ਵਿੱਚ ਮਿਲਾ ਭਾਵ ਅਭੇਦਤਾ ਹੋ ਜਾਂਦੀ ਆ ਬਿਨ ਸਹਜ ਹੈ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਜ ਭਾਵ ਗਿਆਨ ਤੋਂ ਬਗੈਰ ਸਾਰੇ ਮਨ ਬੁੱਧ ਰੂਪ ਨੇਤਰਾਂ ਤੋਂ ਬਿਨਾ ਵਿਚਾਰ ਰੂਪੀ ਨਿਗਾ ਤੋਂ ਹੀਣੇ ਅੰਨੇ ਹੀ ਹਨ ਮਾਇਆ ਦੇ ਮੋਹ ਕਾਰਨ ਅਗਿਆਨ ਦੇ ਗੁਬਾਰ ਗੂੜੇ ਹਨੇਰੇ ਵਿੱਚ ਪਏ ਹੋਇਆ ਸਹਿਜੇ ਹੀ ਸੋਝੀ ਪਏ ਸੱਚੇ ਸ਼ਬਦ ਅਪਾਰ ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਹੈ ਉਹਨਾਂ ਨੂੰ ਹੀ ਪਰਮੇਸ਼ਰ ਦੇ ਸਰੂਪ ਦੀ ਸਮਝ ਪੈਂਦੀ ਆ ਐਸੇ ਜੀਵ ਸੱਚੇ ਤੇ ਅਪਾਰ ਪਾਰਾਵਾਰਤ ਹੋ ਰਹਤ ਪਰਮੇਸ਼ਰ ਦੇ ਉਪਦੇਸ਼ ਦੀ ਕਮਾਈ ਕਰਦੇ ਆ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਉਹਨਾਂ ਨੂੰ ਪੂਰੇ ਸਤਗੁਰੂ ਦੁਆਰਾ ਕਰਤਾਰ ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਬਖਸ਼ਿਸ਼ ਮਿਹਰ ਕਰਕੇ ਆਪਣੇ ਸਰੂਪ ਵਿੱਚ ਮਿਲਾਇਨ ਅਭੇਦ ਕਰ ਲੈਣਾ ਕੀਤਾ ਸਹਿਜੇ ਅਦਿਸ਼ਤ ਪਛਾਣੀਐ ਨਿਰਭਉ ਜੋਤਿ ਨਿਰੰਕਾਰ ਜੋ ਦਿਸਣ ਤੋਂ ਰਹਿਤ ਬ੍ਰਹਮ ਉਸ ਨੂੰ ਗਿਆਨ ਦੁਆਰਾ ਹੀ ਪਛਾਣੀਦਾ ਉਹ ਪਰਮੇਸ਼ਰ ਨਿਰਭਉ ਡਰ ਤੋਂ ਰਹਿਤ ਸਰੂਪਿਆ ਨਿਰੰਕਾਰ ਮਾਇਕੀ ਆਕਾਰਾਂ ਤੋਂ ਵੀ ਰਹਿਤ ਆ ਉਹਦਾ ਕੋਈ ਆਕਾਰ ਨਹੀਂ ਆ ਸਭਨਾ ਜੀਆ ਕਾ ਇਕ ਦਾਤਾ ਜੋਤੀ ਜੋਤ ਮਿਲਾਉਣ ਹਾਰ ਉਹ ਸਾਰਿਆਂ ਜੀਵਾਂ ਦਾ ਦਾਤਾ ਇੱਕੋ ਹੀ ਦਾਤਾ ਵਾ ਅਦੁੱਤੀ ਸਰੂਪ ਪਰਮੇਸ਼ਰ ਉਹ ਜੋਤੀ ਹੈ ਅਦਵੈਤ ਸਰੂਪ ਪਰਮੇਸ਼ਰ ਜੀਵਾਂ ਦੀ ਪਰਤਕ ਜੋਤ ਨੂੰ ਆਪਣੇ ਸਰੂਪ ਵਿੱਚ ਮਿਲਾਉਣ ਵਾਲਾ ਪੂਰੈ ਸ਼ਬਦ ਸਲਾਹੀ ਹੈ ਜਿਸ ਦਾ ਅੰਤ ਨਾ ਪਾਰ ਆਵਾਰ ਦੱਸਦੇ ਹਨ ਕਿ ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹੀ ਉਸ ਦੀ ਸਿਫਤ ਕੀਤੀ ਜਾਂਦੀ ਆ ਜਿਸ ਪਰਮੇਸ਼ਰ ਦਾ ਲੋਕ ਪ੍ਰਲੋਗ ਵਿੱਚ ਆਰ ਪਾਰ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ ਗਿਆਨੀਆਂ ਦਾ ਧਨ ਨਾਮ ਹੈ ਸਹਿਜ ਕਰਹਿ ਵਾਪਾਰ ਗਿਆਨੀਆਂ ਭਾਵ ਗਿਆਨਵਾਨ ਪੁਰਸ਼ਾਂ ਦਾ ਧਨ ਦੌਲਤ ਖਜ਼ਾਨਾ ਕੇਵਲ ਪਰਮੇਸ਼ਰ ਦਾ ਨਾਮ ਹੀ ਆ ਕਿਉਂਕਿ ਉਹ ਗਿਆਨ ਦੁਆਰਾ ਸ਼ਾਂਤੀਪੂਰਵਕ ਰਹਿ ਕੇ ਪਰਮੇਸ਼ਰ ਦੇ ਨਾਮ ਨੂੰ ਜਪਣ ਅਤੇ ਜਪੌਣ ਰੂਪ ਵਾਪਾਰ ਕਹੀਏ ਵਣਜ ਕਰਦੇ ਆ ਅਨ ਦਿਨ ਲਾਹਾ ਹਰ ਨਾਮ ਲੈਨ ਅਖੋਟ ਭਰੀ ਢੰਡਾਰ ਉਹ ਅਨ ਦਿਨ ਰਾਤ ਦੇਣੀ ਪਰਮੇਸ਼ਰ ਦੇ ਨਾਮ ਦਾ ਲਾਭ ਲੈਂਦੇ ਆ ਪਰਮੇਸ਼ਰ ਨੇ ਉਹਨਾਂ ਦੇ ਹਿਰਦੇ ਰੂਪੀ ਢੰਡਾਰੇ ਖਜ਼ਾਨੇ ਵਿੱਚ ਕਦੇ ਵੀ ਨਾ ਖਤਮ ਹੋਣ ਵਾਲੇ ਸ਼ੁਭ ਗੁਣ ਭਰ ਦਿੱਤੇ ਆ ਨਾਨਕ ਟੋਟ ਨਾ ਆਵਈ ਦিয়ে ਦੇਵਨ ਹਾਰ ਸਤਿਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਕਰਕੇ ਵੀ ਕੋਈ ਘਾਟਾ ਟੋਟ ਨਹੀਂ ਆਉਂਦੀ ਜਿਨ੍ਹਾਂ ਨੂੰ ਦੇਵਨ ਹਰ ਦਾਤਾ ਦਾਤਾ ਦੇਣ ਵਾਲੇ ਪਰਮੇਸ਼ਰ ਨੇ ਬਖਸ਼ਿਸ਼ ਕਰਕੇ ਸ਼ੁਭ ਗੁਣਾਂ ਦੀਆਂ ਦਾਤਾਂ ਦੇਣੀਆਂ ਕੀਤੀਆਂ ਹਨ ਸ੍ਰੀ ਰਾਗ ਮਹੱਲਾ 3 ਗਰੀਬ ਨਿਵਾਜ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਇਹਨਾਂ ਦੇ ਪਾਸ ਮਹਾਰਾਜ ਜੀ ਦੇ ਪਾਸ ਸਿੱਖਾਂ ਨੇ ਨਿਮਰਤਾ ਸਹਿਤ ਕੁਝ ਪ੍ਰਸ਼ਨ ਕੀਤੇ ਹਨ ਤੇ ਬਹੁਤ ਪ੍ਰਸ਼ਨ ਕੀਤੇ ਹਨ ਜਿਨ੍ਹਾਂ ਪ੍ਰਸ਼ਨਾਂ ਦਾ ਸਤਿਗੁਰੂ ਜੀ ਸਹਿਜ ਨਾਲ ਉੱਤਰ ਦਿੰਦੇ ਕਥਨ ਕਰਦੇ ਹਨ ਰਚਨ ਕਰਦੇ ਹਨ ਕਿ ਇਹ ਸਤਿਗੁਰੂ ਜੀ 84 ਦੇ ਫੇਰੇ ਤੇ ਜੰਮਣ ਮਰਨ ਤੋਂ ਕਿਵੇਂ ਬਚਿਆ ਜਾ ਸਕਦਾ ਸਤਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁੱਖ ਜਾਏ ਗੁਰ ਉਤਰ ਬਖਸ਼ ਰਿਹਾ ਕਿ ਭਾਈ ਜੋ ਜੀਵ ਸਤਿਗੁਰਾਂ ਦੇ ਨਾਮ ਦਾ ਨਾਲ ਮਨ ਦਾ ਮੇਲੀ ਹੋ ਕੇ ਮਿਲ ਜਾਂਦਾ ਤਾਂ 84 ਦੇ ਫੇਰਿਆਂ ਵਿੱਚ ਨਹੀਂ ਪੈਂਦਾ ਜਨਮ ਮਰਨ ਦੁੱਖ ਜਾਏ ਉਹਦਾ ਜੰਮਣ ਮਰਨ ਰੂਪੀ ਦੋਨੇ ਦੁੱਖ ਚਲੇ ਜਾਂਦੇ ਆ ਕਿਉਂਕਿ ਜੰਮਣ ਦੀ ਪੀੜਾ ਬਹੁਤ ਆ ਮਨ ਸਮੇਂ ਦੀ ਪੀੜਾ ਬਹੁਤ ਭਿਆਨਕ ਆ ਫਿਰ ਪ੍ਰਸ਼ਨ ਕਰਦੇ ਹਨ ਕਿ ਇਹ ਸਤਿਗੁਰੂ ਮਨ ਕਿਵੇਂ ਮਸਤ ਹੁੰਦਾ ਗੁਰ ਉਤਰ ਬਖਸ਼ਿਸ਼ ਕਰੇ ਪੂਰੈ ਸ਼ਬਦ ਸਭ ਸੋਜੀ ਹੋਈ ਹਰ ਨਾਮੈ ਰਹੈ ਸਮਾਇ ਇਹ ਭਾਈ ਜਦੋਂ ਪੂਰਨ ਸਤਿਗੁਰਾਂ ਦੇ ਉਪਦੇਸ਼ ਦੁਆਰਾ ਸਾਰੀ ਸੋਜੀ ਗਿਆਤ ਹੋ ਜਾਂਦੀ ਤਦੋਂ ਮਨ ਹਰੀ ਪਰਮੇਸ਼ਰ ਦੇ ਨਾਮ ਵਿੱਚ ਸਮਾਇ ਮਸਤ ਹੋਇਆ ਰਹਿਂਦਾ ਫਿਰ ਪ੍ਰਸ਼ਨ ਕਰਦੇ ਹਨ ਕਿ ਇਹ ਸਤਿਗੁਰੂ ਜੀ ਚੇਤ ਕਿਸ ਨਾਲ ਲਾਈਏ ਤਾਂ ਗੁਰੂ ਸਾਹਿਬ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਗੁਰ ਉਤਰ ਬਖਸ਼ਿਸ਼ ਕਰਦੇ ਹਨ ਮਨ ਮੇਰੇ ਸਤ ਗੁਰ ਸਿਓ ਚਿਤ ਲਾਏ हे ਮੇਰੇ ਪਿਆਰਿਆ ਮਨਾ ਮੰਨ ਦੇ ਜੀਜ ਸਤ ਗੁਰੂ ਦੇ ਨਾਲ ਚਿਤ ਦੀ ਬਿਰਤੀ ਨੂੰ ਬਾਕੀ ਹੋਰ ਸਾਰੇ ਖਿਆਲ ਆਸਾਂ ਛੱਡ ਕੇ ਗੁਰੂ ਨਾਲ ਚਿਤ ਨੂੰ ਲਾਉਣਾ ਕਰ ਫੇਰ ਪ੍ਰਸ਼ਨ ਕਰਦੇ ਮਹਾਰਾਜ ਨਵੀਨ ਵਸਤੂ ਕਿਹੜੀ ਆ ਇਸ ਦੁਨੀਆ ਵਿੱਚ ਨਵੀਂ ਵਸਤੂ ਕਿਹੜੀ ਆ ਤਾਂ ਗੁਰੂ ਜੀ ਉੱਤਰ ਦਿੰਦੇ ਹਨ ਨਿਰਮਲ ਨਾਮ ਸਦ ਨਵਤਨ ਆਪ ਵਸੈ ਮਨ ਆਏ ਰਹਾਉ ਪਰਮੇਸ਼ਰ ਦਾ ਨਾਮ ਮਨ ਨੂੰ ਉਜਲ ਕਰਨ ਵਾਲਾ ਭਾਈ ਸਦਾ ਹੀ ਨਵਾਂ ਤੇ ਨਵੀਨ ਆ ਕਿਉਂਕਿ ਮਲ ਵਿਖੇਪ ਅਵਰਣ ਦੀ ਮਹਿਲ ਧੋਣ ਵਾਲਾ ਹੈ ਅਤੇ ਸਤਗੁਰਾਂ ਦੀ ਕਿਰਪਾ ਦੁਆਰਾ ਆਪ ਮਨ ਵਿੱਚ ਆ ਕੇ ਵਸਦਾ ਹੈ ਕਿਉਂਕਿ ਚੌਹਾਂ ਜੁਗਾਂ ਦੇ ਜੀਵਾਂ ਦਾ ਉਧਾਰ ਕਰਕੇ ਵੀ ਇਹ ਨਾਮ ਕਦੇ ਪੁਰਾਣਾ ਨਹੀਂ ਹੁੰਦਾ ਸਦਾ ਹੀ ਨਵੀਨ ਸਰੂਪ ਹੀ ਰਹਿੰਦਾ ਵਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਉਸ ਪਰਮੇਸ਼ਰ ਦੇ ਅੱਗੇ ਓ ਬੇਨਤੀ ਕਰੀਏ ਹਰ ਜੀਵ ਰੱਖੋ ਆਪਣੀ ਸਰਣਾਇ ਜਿਉ ਰੱਖੈ ਤਿਉ ਰਹਿਣਾ ਏ ਹਰ ਜੀਵ ਵਾਹਿਗੁਰੂ ਜੀ ਸਾਨੂੰ ਆਪਣੀ ਸਰਣਾਇ ਸ਼ਰਨ ਵਿੱਚ ਰੱਖਣਾ ਕਰੋ ਜਿਵੇਂ ਮਹਾਰਾਜ ਸਾਨੂੰ ਰੱਖਣਾ ਕਰੋਗੇ ਅਸੀਂ ਉਸੇ ਪ੍ਰਕਾਰ ਹੀ ਰਹਿਣਾ ਕਰਾਂਗੇ ਆਪ ਜੀ ਦੀ ਰਜ਼ਾ ਮੰਨ ਕੇ ਸਦਾ ਪ੍ਰਸੰਨ ਰਹਾਂਗੇ ਆਪ ਜੀ ਸ਼ਰਨ ਵਿੱਚ ਰਹਾਂਗੇ ਫਿਰ ਪ੍ਰਸ਼ਨ ਕਰਦੇ ਹਨ ਮਹਾਰਾਜ ਜੀਵਤ ਭਾਵ ਤੋਂ ਕਿਵੇਂ ਮਰਿਆ ਜਾਂਦਾ ਗੁਰੂ ਪਾਤਸ਼ਾਹ ਜੀ ਉੱਤਰ ਬਖਸ਼ਿਸ਼ ਕਰ ਰਹੇ ਆ ਗੁਰ ਕੈ ਸਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਏ ਭਾਈ ਜੋ ਗੁਰਮੁਖ ਗੁਰਾਂ ਦੇ ਇਸ ਉਪਦੇਸ਼ ਦੀ ਕਮਾਈ ਕਰਕੇ ਜੀਵਤ ਪੁਣੇ ਤੋਂ ਮਰ ਜਾਂਦਾ ਉਹ ਇਉਂ ਹੀ ਗੁਰਮੁਖ ਜਨਾਂ ਦਾ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਫੇਰ ਪ੍ਰੇਸ਼ਨ ਕਰਦੇ ਹੀ ਸਤਿਗੁਰੂ ਜੀ ਵੱਡਿਆਂ ਭਾਗਾਂ ਵਾਲਾ ਕਿਵੇਂ ਹੋਈਦਾ ਗੁਰੂ ਉੱਤਰ ਬਖਸ਼ਦੇ ਆ ਵੱਡਾ ਭਾਗ ਨਾਉ ਪਾਈਐ ਗੁਰਮਤ ਸਬਦ ਸੁਹਾਈ ਪਾਈ ਵੱਡਿਆਂ ਭਾਗਾਂ ਵਾਲੇ ਉਹ ਹਨ ਜੋ ਪਰਮੇਸ਼ਰ ਦੇ ਨਾਮ ਨੂੰ ਪਾਉਂਦੇ ਆ ਜਪਦੇ ਆ ਅਤੇ ਜਪਉਂਦੇ ਆ ਗੁਰਮਤ ਸਬਦ ਸੁਹਾਈ ਤੇ ਗੁਰਮਤ ਦੁਆਰਾ ਉਹ ਬੜੇ ਸ਼ੋਭਨੀਕ ਲੋਕ ਤੇ ਪ੍ਰਲੋਕ ਵਿੱਚ ਸੁਹਾਈ ਬੜੇ ਸੋਹਣੇ ਲੱਗਦੇ ਆ ਸ਼ੋਭਨੀਕ ਹੋ ਜਾਂਦੇ ਆ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿ ਆ ਸਮਾਈ ਉਨ੍ਹਾਂ ਦੇ ਮਨ ਵਿੱਚ ਆਪ ਹੀ ਕਰਤਾ ਪੁਰਖ ਵਾਹਿਗੁਰੂ ਅਕਾਲ ਪੁਰਖ ਜੀ ਵਸ ਜਾਂਦਾ ਅਤੇ ਸਹਿਜੇਕੀਏ ਗਿਆਨ ਵਿੱਚ ਮਸਤ ਹੋ ਕੇ ਉਸ ਮਾਏ ਭਾਵ ਲੀਨ ਹੋਏ ਰਹਿੰਦੇ ਆ ਫਿਰ ਪ੍ਰਸ਼ਨ ਕਰਦੇ ਇਹ ਸਤਿਗੁਰੂ ਜੀ ਮਨਮੁਖਾਂ ਦੀ ਕਿਹੋ ਜਿਹੀ ਹਾਲਤ ਹੁੰਦੀ ਆ ਗੁਰੂ ਉੱਤਰ ਬਖਸ਼ ਰਹੇ ਆ ਇੱਕ ਨਾ ਮਨਮੁਖ ਸਬਦ ਨਾ ਭਾਵੈ ਬੰਧਨ ਬੰਦ ਪਵਾਇਆ ਕਈ ਮਨਮੁਖ ਪੁਰਖ ਮੰਨਦੇ ਆ ਕਿ ਆਖੇ ਲੱਗਣ ਵਾਲੇ ਕਹਿੰਦੇ ਆ ਕਿ ਜਿਸ ਤਰ੍ਹਾਂ ਸਾਡਾ ਮਨ ਕਰੇਗਾ ਨਾ ਉਸੇ ਤਰ੍ਹਾਂ ਹੀ ਕਰਾਂਗੇ ਮਨ ਦੇ ਵਿਕਾਰ ਆਇ ਭੋਗਣ ਨਹੀਂ ਛੱਡਦੇ ਇਹੋ ਜਿਹੇ ਮਨਮੁੱਖਾਂ ਨੂੰ ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਚੰਗਾ ਨਹੀਂ ਲੱਗਦਾ ਉਹ ਮਨਮੁਖਤਾ ਦੇ ਬੰਦਨਾ ਵਿੱਚ ਵੱਜੇ ਹੋਏ ਆ ਜਦੋਂ ਪਰਾਲਬਧ ਰੂਪੀ ਕਰਮ ਭੋਗੇ ਜਾਂਦੇ ਫਿਰ ਜੂਨਾ ਦੇ ਬੰਦਨਾ ਵਿੱਚ ਇਹਨਾਂ ਨੂੰ ਪੁਆਇਆ ਘੁਮਾਇਆ ਜਾਂਦਾ ਇਉਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਤਾ ਭੁਗਤਾ ਆਦ ਦੇ ਬੰਧਨ ਪਏ ਰਹਿੰਦੇ ਆ ਅੰਤ ਨੂੰ ਕੈਦੀ ਕਰਕੇ ਭਾਗ ਬੰਨ ਕੇ ਜੂਨਾ ਵਿੱਚ ਪੁਆਏ ਜਾਂਦੇ ਆ ਲੱਖ 84 ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਦੱਸਦੇ ਆ ਕਿ 84 ਲੱਖ ਜੁਨਾਂ ਵਿੱਚ ਫਿਰ ਫਿਰ ਮੁੜ ਮੁੜ ਕੇ ਆਉਂਦੇ ਰਹਿੰਦੇ ਆ ਤੇ ਜਾਂਦੇ ਰਹਿੰਦੇ ਆ ਕਿਉਂਕਿ ਉਹਨਾਂ ਨੇ ਆਪਣਾ ਮਨੁੱਖਾ ਜਨਮ ਵਿਸ਼ਿਆਂ ਵਿੱਚ ਪੈਣ ਕਰਕੇ ਵਿਅਰਥ ਹੀ ਗਵਾ ਲਿਆ ਜਿਵੇਂ ਸੁਖਦੇਵ 무ਨੀ ਜੀ ਨੂੰ ਆਪਣੇ ਪਿਤਾ ਨੂੰ ਕਿਹਾ ਸੀ ਸੁਖਦੇਵ 무ਨੀ ਨੇ ਕਿ ਮੇਰੇ ਨਾਲ ਮੋਹ ਨਾ ਕਰਿਆ ਗੁਰੂ ਕਿਉਂਕਿ ਮੈਨੂੰ ਆਪਣੇ 100 ਜਨਮ ਦਾ ਗਿਆਨ ਮੈਂ ਕਿੱਥੋਂ ਆਇਆ ਕਿੱਥੇ ਜਾਣਾ ਕੀ ਕਰਨਾ ਮੈਂ ਜੁਨਾਂ ਵਿੱਚ ਕਿਵੇਂ ਭਰਮਦਾ ਰਿਹਾ ਉਹ ਦੱਸਦਾ ਕਿ ਇੱਕ ਜਨਮ ਵਿੱਚ ਮੈਂ ਗਧਾ ਬਣਿਆ ਤੋਬੀ ਘਰ ਤੋਂ ਮੇਰੇ ਉੱਤੇ ਕੱਪੜੇ ਰੱਖ ਕੇ ਰੋਜ਼ ਘਾੜ ਤੇ ਜਾਇਆ ਕਰਦਾ ਸੀ ਭਾਰ ਹਣ ਕਰਕੇ ਮੇਰੇ ਲਾਗਾ ਲੱਗ ਗਿਆ ਪਿੰਡੇ ਦੇ ਜ਼ਖਮ ਹੋ ਗਿਆ ਜਿੰਨਾ ਚਿਰ ਮੈਂ ਥੋਬੀ ਨੂੰ ਕੰਮ ਦਿੰਦਾ ਰਿਆ ਉਹਨਾਂ ਚਿਰ ਮੈਨੂੰ ਰੱਖਿਆ ਉਹਨੇ ਜਦੋਂ ਮੈਂ ਤੁਰਨੋਂ ਰਹਿ ਗਿਆ ਤਾਂ ਥੋਬੀ ਮੈਨੂੰ ਗਾਰੇ ਵਿੱਚ ਫਸੇ ਹੋਏ ਨੂੰ ਛੱਡ ਗਿਆ ਗਾਰੇ ਦੀ ਦਲਦਲ ਦੇ ਵਿੱਚ ਮੈਂ ਉੱਥੇ ਖੁੱਬਦਾ ਗਿਆ ਮੈਂ ਤੂੰ ਨਿਕਲਿਆ ਨਾ ਗਿਆ ਲਾਗਾ ਲੱਗਿਆ ਹਣ ਕਰਕੇ ਕਾਂ ਮੇਰੇ ਤਾਂ ਹੀ ਚੂਣ ਝੂਣ ਕੇ ਖਾਣ ਲੱਗੇ ਲੋਕ ਮੇਰੇ ਉੱਪਰੋਂ ਪੈਰ ਰੱਖ ਰਾ ਕੇ ਤੁਰ ਲੱਗੇ ਕਿਉਂਕਿ ਮੈਂ ਜ਼ਮੀਨ ਦੇ ਬਰਾਬਰ ਹੀ ਹੋ ਗਿਆ ਇੰਨਾ ਖੁਭ ਗਿਆ ਇਸ ਪ੍ਰਕਾਰ ਕਈ ਦਿਨ ਗਧੇ ਦੀ ਜੂਨ ਵਿੱਚ ਦੁੱਖ ਭੋ ਕੇ ਮੈਂ ਮਰਿਆ ਫਿਰ ਮੈਂ ਬਿੱਲੇ ਦੀ ਜੂਨ ਪਈ ਬਿੱਲੇ ਝੋਟਿਆਂ ਦੀ ਤਰ੍ਹਾਂ ਇੱਕ ਦੂਸਰੇ ਨਾਲ ਵੈਰ ਕਰਦੇ ਲੜਦੇ ਆ ਗਲ ਘੁੱਟ ਕੇ ਮੈਨੂੰ ਬਿੱਲੇ ਮਾਰ ਦਿਆ ਕਰਨ ਇਸ ਪ੍ਰਕਾਰ ਕਈ ਜਨਮ ਬਿੱਲਿਆਂ ਦੀ ਮੈਂ ਜੂਨੀ ਵਿੱਚ ਆਇਆ ਜਿਵੇਂ ਮਾਰਕਾ ਵਲ ਵਾਲਾ ਉਤਰੈ ਵਾਰ-ਵਾਰ ਇੱਕ-ਇੱਕ ਜੂਨ ਦੇ ਵਿੱਚ ਉਤਰੈ ਭਾਵ ਆਉਂਦਾ ਹੈ ਕਹਿੰਦੇ ਫਿਰ ਕਈ ਜਨਮ ਹੋਰ ਜੁਨਾ ਵਿੱਚ ਭੋਗੇ ਇਸ ਤਰ੍ਹਾਂ ਕਰਕੇ 100 ਜਨਮਾਂ ਬਾਅਦ ਸੁਖਦੇਵ ਨੇ ਬਿਆਸ ਰਿਖੀ ਨੂੰ ਆਪਣੇ ਪਿਤਾ ਨੂੰ ਦੱਸਣਾ ਕੀਤਾ ਇਸ ਪ੍ਰਕਾਰ ਜੀਵ 84 ਲੱਖ ਜੁਨਾ ਵਿੱਚ ਵਾਰ-ਵਾਰ ਫਿਰਕੇ ਆਉਂਦਾ ਹੈ ਤੇ ਮਰਕੇ ਜਾਂਦਾ ਹੈ ਅੱਗੇ ਪ੍ਰਸ਼ਨ ਕਰਦੇ ਹਨ ਗੁਰਸਿੱਖ ਪਿਆਰੇ ਇਹ ਸਤਿਗੁਰੂ ਜੀ ਭਗਤਾਂ ਦੇ ਮਨ ਵਿੱਚ ਆਨੰਦ ਕਿਉਂ ਹੁੰਦਾ ਹੈ ਭਾਵ ਕਿਵੇਂ ਹੁੰਦਾ ਵਾ ਆਪ ਜੀ ਦੱਸਣਾ ਕਰੋ ਗੁਰ ਉਤਰ ਬਖਸ਼ ਦੇਆ ਭਗਤਾ ਮਨ ਆਨੰਦ ਹੈ ਸੱਚੈ ਸ਼ਬਦ ਰੰਗ ਰਾਤੇ हे भाई परमेश्वर दी भक्ति करने वाले भक्तां दे मन विच वाहे गुरु दा सदा ही उत्साह प्रगट हुंदा है क्योंकि ओ गुरां दे उपदेश करके वाहे गुरु दे रंग विच रातै रते रेंदे आ अनदिन गुण गावे सद निर्मल सहजे नाम समाते ओहो हरि वाहे गुरु दे निर्मल उज्जल गुणां नु अनदिन रात देणे सदा ही गाउंदे आ इस करके ओ परमेश्वर दे नामी रूप विच सुते सिद्ध ही ਸਮਾਤੇ ਹੁੰਦਾ ਸਮਾਏ ਰਹਿੰਦੇ ਆ ਭੇਦ ਹੋਏ ਰਹਿੰਦੇ ਆ ਫਿਰ ਪ੍ਰਸ਼ਨ ਕਰਦੇ ਹਨ ਮਹਾਰਾਜ ਜੀ ਗੁਰਮਖ ਦਾ ਕਰਤਵ ਕਿਹਦਾ ਹੈ ਕਿਹੋ ਜੇ ਬਚਨ ਬੋਲਦੇ ਹਨ ਗੁਰਮਖ ਤਾਂ ਗੁਰੂ ਪਾਤਸ਼ਾਹ ਜੀ ਉੱਤਰ ਦਿੰਦੇ ਆ ਗੁਰਮਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ ਏ ਭਾਈ ਗੁਰਮਖ ਜਨ ਜਿਹੜੇ ਹੁੰਦੇ ਨਾ ਉਹ ਤਾਂ ਅੰਮ੍ਰਿਤ ਬਾਣੀ ਹੀ ਅਮਰ ਕਰਨ ਵਾਲੀ ਮਿੱਠੀ ਬਾਣੀ ਹੀ ਰਸਨਾ ਤੋਂ ਬੋਲਦੇ ਜਦੋਂ ਵੀ ਬੋਲਦੇ ਆ ਕੌੜਾ ਬਚਨ ਤੇ ਉਹ ਕਦੇ ਵੀ ਉਹਨਾਂ ਦੇ ਮੂੰਹੋਂ ਨਹੀਂ ਸੁਣੀਦਾ ਕਿਉਂਕਿ ਕੌੜਾ ਬੋਲ ਨਾ ਜਾਣੇ ਕਦੇ ਉਹ ਜਾਣਦੇ ਨਹੀਂ ਕੌੜਾ ਬੋਲਣਾ ਕਿਵੇਂ ਹੁੰਦਾ ਸਭ ਆਤਮ ਰਾਮ ਪਛਾਣੀ ਕਿਉਂ ਨਹੀਂ ਬੋਲਦੇ ਸਾਰਿਆਂ ਨੂੰ ਆਤਮਾ ਕਰਕੇ ਉਸ ਪਰਮੇਸ਼ਰ ਦੀ ਆਤਮਾ ਸਰੂਪ ਜਾਣ ਕੇ ਪਛਾਣਦੇ ਆ ਕਿ ਸਾਰੇ ਹੀ ਬ੍ਰਾਹਮ ਆ ਏਕੋ ਸੇਵਨ ਏਕ ਅਰਾਧ ਹੈ ਗੁਰਮਖ ਅਕਥ ਕਹਾਣੀ ਇੱਕ ਵਾਹਿਗੁਰੂ ਦਾ ਹੀ ਸਰੀਰ ਕਰਕੇ ਭਜਨ ਕਰਦੇ ਹਨ ਅਤਿ ਇਕ ਪਰਮੇਸ਼ਰ ਨੂੰ ਹੀ ਮੰਨ ਕਰਕੇ ਅਰਾਧੇ ਰਾਦ ਦੇ ਹਨ ਭਾਵਨਾ ਨਾਲ ਚੇਤੇ ਕਰਦੇ ਹਨ ਗੁਰਮੁਖਾਂ ਦੀ ਕਥਨ ਤੋਂ ਰਹਿਤ ਕਹਾਣੀ ਕਥਾ ਹੈ ਉਹ ਵਾਹਿਗੁਰੂ ਦੇ ਸਰੂਪ ਵਿੱਚ ਲੀਨ ਰਹਿੰਦੇ ਹਨ ਵਾਹਿਗੁਰੂ ਦੀ ਆਕਾਤ ਕਥਾ ਜੋ ਸ਼ਕਤੀ ਬਿਰਤੀ ਕਰਕੇ ਕਹੀ ਨਹੀਂ ਜਾਂਦੀ ਉਹ ਲਖਣਾ ਬਿਰਤੀ ਦੁਆਰਾ ਜਗਿਆਸਵ ਮੰਦਰ ਦੇ ਵਿੱਚ ਵਸਾ ਦਿੰਦੇ ਆ ਸੱਚਾ ਸਾਹਿਬ ਸੇਵੀ ਹੈ ਗੁਰਮੁਖ ਵਸੈ ਮਨ ਆਏ ਇਹ ਭਾਈ ਇਸ ਕਰਕੇ ਆਪਾਂ ਵੀ ਉਸ ਸੱਚੇ ਸਾਹਿਬ ਪਰਮੇਸ਼ਰ ਦਾ ਸੇਵਨਾ ਕਰੀਏ ਉਹਦੀ ਸੇਵਾ ਕਰੀਏ ਉਹਦਾ ਸਿਮਰਨ ਕਰੀਏ ਜੋ ਮਾਇਆ ਬਿਰਤੀ ਦੁਆਰਾ ਸਾਰਿਆਂ ਦਾ ਸੱਚਾ ਸਾਹਿਬ ਮਾਲਕ ਹੈ ਜੋ ਗੁਰਮੁਖਾਂ ਦੀ ਸੰਗਤ ਕਰਕੇ ਮਨ ਵਿੱਚ ਵਸ ਆਉਂਦਾ ਹੈ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਜਿਹੜੇ ਹਮੇਸ਼ਾ ਹੀ ਸੱਚੇ ਦੇ ਸਿਉ ਭਾਵ ਨਾਲ ਪ੍ਰੇਮ ਰੰਗ ਵਿੱਚ ਰਤੇ ਹੋਏ ਆ ਉਹਨਾਂ ਨੂੰ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਸਰੂਪ ਵਿੱਚ ਮੇਲ ਲੈਂਦਾ ਆਪੇ ਕਰੇ ਕਰਾਏ ਆਪੇ ਇਕ ਨਾਂ ਸੁਤਿਆ ਦੇ ਜਗਾਏ ਇਥੇ ਦੇ ਨੂੰ ਦੇ ਪੜਨਾ ਹੈ ਈੜੀ ਨੂੰ ਸਿਹੈਰੀ ਵੀ ਲੱਗੀ ਆ ਕੱਲਾ ਦਦੇ ਨੂੰ ਲਾਂ ਦੇ ਨਹੀਂ ਪੜਨਾ ਕਹਿੰਦੇ ਆਪ ਹੀ ਜੀਵ ਆਤਮਾ ਦਾ ਸਰੀਰ ਨਾਲ ਸੰਬੰਧ ਕਰਨ ਵਾਲਾ ਹੈ ਆਪ ਹੀ ਜੀਵਾਂ ਦੇ ਕੋਲੋਂ ਸੱਤਾ ਦੇ ਕੇ ਕਰਮ ਕਰਾਉਣ ਵਾਲਾ ਆਪ ਹੀ ਸਤਗੁਰੂ ਰੂਪ ਹੋ ਕੇ ਵਿਦੇਸ਼ ਕਰਦਾ ਸਿੱਖਾਂ ਪਾਸੋਂ ਆਪ ਹੀ ਸਰਵਣ ਮੰਨਣ ਦੇ ਅਧਿਆਸਨ ਕਰਾਉਂਦਾ ਆਪ ਅੱਗੇ ਫਿਰ ਪ੍ਰਸ਼ਨ ਕਰਦੀ ਹਨ ਇਸ ਪਾਵਨ ਅਸ਼ਟਪਦੀ 7ਵੀਂ ਦੀ ਸੰਪੂਰਨਤਾ ਤੇ ਕਿ ਕਿੰਨਾ ਨੂੰ ਮੇਲਦਾ ਹੈ ਉਹ ਤਾਂ ਗੁਰੂ ਜੀ ਉੱਤਰ ਦਿੰਦੇ ਹਨ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਗੁਰੂ ਜੀ ਕਥਨ ਕਰਦੇ ਹਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇੱਥੋਂ ਤੱਕ 7 ਅਸ਼ਟਪਦੀਆਂ ਹੋਈਆਂ ਹਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਇਸ ਦੀ ਸੰਪੂਰਨਤਾ ਹੈ ਇੱਥੇ ਆਪਾਂ ਫਤੇ ਬਲਾਵਾਂਗੇ ਸਤਿਗੁਰੂ ਕਿਰਪਾ ਕਰੇ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਗੁਰੂ ਜੀ ਕਥਨ ਕਰਦੇ ਜਿਹੜੇ ਗੁਰੂ ਸਾਹਿਬ ਜੀ ਦੇ ਉਪਦੇਸ਼ ਵਿੱਚ ਸਮਾਏ ਲੀਨ ਹੋ ਜਾਂਦੇ ਸਮਾਜ ਜਾਂਦੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਆਪ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ ਅਭੇਦ ਕਰ ਲੈਂਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ 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 ਸਾਧ ਸੰਗਤ ਜੀ ਗੁਰਬਾਣੀ ਵਿਚਾਰ ਕਰਦਿਆਂ अनेका ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਆਪ ਸਾਧ ਸੰਗਤ ਜੀ ਬਖਸ਼ਣ ਜੋਗੋ ਬਖਸ਼ ਲੈਣਾ ਗੁਰੂ ਪ੍ਰਮਾਤਮਾ ਜੀ ਬਖਸ਼ਣਹਾਰ ਪਿਤਾ ਹਨ ਬਖਸ਼ ਲੈਣ ਅੱਗੇ ਤੋਂ ਇਸੇ ਤਰ੍ਹਾਂ ਸੋਦਿ ਸਪਸ਼ਟ ਗੁਰਬਾਣੀ ਪੜਨ ਵਿਚਾਰ ਕਰਨ ਦੀ ਸਤਿਗੁਰੂ ਆਪਸ ਮੱਤ ਬਖਸ਼ ਕੇ ਮੇਰਾ ਪ੍ਰਿਆਥਨਾ ਕੇ ਕਰਵਾ ਲੈਣ ਕਈ ਦਿਨਾਂ ਤੋਂ ਸਿਹਤ ਠੀਕ ਨਹੀਂ ਚੱਲ ਰਹੀ ਗਲੇ ਦੀ ਕਾफी ਖਰਾਬੀ ਹੈ ਫਿਰ ਵੀ ਗੁਰੂ ਮਹਾਰਾਜ ਸੇਵਾ ਆਪਣੀ ਲੈ ਰਹੇ ਹਨ ਆਪ ਸੰਗਤ ਦੀ ਅਸੀਸ ਅਸੀਸ ਬਖਸ਼ਣਾ ਕਿਰਪਾ ਕਰਕੇ ਆਪ ਸੰਗਤ ਦੇ ਪਿਆਰ ਨਾਲ ਤੁਰੇ ਫਿਰਦੇ ਹਾਂ ਵਿਚਾਰ ਕਰੀਦੀ ਹੈ ਆਪ ਸੰਗਤ ਦੇ ਜੁੜੇ ਝੜੀਦੇ ਹਨ ਭੁੱਲਾਂ ਨ ਚਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ